ਹਰੀਪੁਰ ਹਜ਼ਾਰਾਂ ਦਾ ਇੱਕ ਖੂਬਸੂਰਤ ਜ਼ਿਲ੍ਹਾ ਵੇ ਅਤੇ ਆਪਣੇ ਦਿਲਕਸ਼ ਮਨਾਜ਼ਰ ਦੀ ਵਜ੍ਹਾ ਨਾਲ ਸਿਆਹਾਂ ਨੂੰ ਆਪਣੀ ਤਰਫ ਰਾਗਿਬ ਕਰਦਾ ਵੇ। ਇੱਥੇ ਲੋਕਾਂ ਦੀ ਅਕਸਰੀਅਤ ਹਿੰਦੂ ਜ਼ੁਬਾਨ ਬੋਲਦੀ ਏ। ਇਸ ਖਿੱਤੇ ਨੂੰ ਇਹ ਇਜ਼ਾਜ਼ ਵੀ ਹਾਸਿਲ ਏ ਕਿ ਪਾਕਿਸਤਾਨ ਦੇ ਸਾਬਿਕ ਸਦਰ ਫੀਲਡ ਮਾਰਸ਼ਲ ਅਯੂਬ ਖਾਨ ਅਤੇ ਮਸ਼ਹੂਰ ਸ਼ਾਇਰ ਜਨਾਬ ਕਤੀਲ ਸ਼ਿਫਾਈ ਵੀ ਇਸੀ ਧਰਤੀ ਦੇ ਬਾਸੀ ਆਏ। ਗੰਦਾਰਾ ਹਿੰਦੂ ਬੋਰਡ, ਗੰਦਾਰਾ ਹਿੰਦੂ ਅਕੈਡਮੀ ਅਤੇ ਹਜ਼ਾਰਾ ਹਿੰਦੂ ਅਕੈਡਮੀ ਹਰੀਪੁਰ ਦੇ ਬਾਹਮੀ ਇਸ਼ਤਰਾਕ ਨਾਲ ਦੋ ਰੋਜ਼ਾ ਚੌਥੀ ਆਲਮੀ ਹਿੰਦੂ ਕਾਨਫਰੰਸ ਡਿਸਟ੍ਰਿਕਟ ਕੌਂਸਲ ਹਾਲ ਹਰੀਪੁਰ ਵਿੱਚ ਮੁਨਕਿਦ ਹੋਈ। ਕਾਨਫਰੰਸ ਦੇ ਸਰਪ੍ਰਸਤ ਰਾਸ਼ਿਦ ਕੁਰੈਸ਼ੀ, ਕਨਵੀਨੀਅਰ ਪ੍ਰੋਫੈਸਰ ਮਲਿਕ ਨਾਸਰ ਦਾਊਦ, ਜਦਕਿ ਕੋਆਰਡੀਨੇਟਰ ਗੰਦਾਰਾ ਹਿੰਦੂ ਬੋਰਡ ਦੇ ਜਨਰਲ ਸੈਕਟਰੀ ਮੁਹੰਮਦ ਜ਼ਿਆਉਦੀਨ ਆਏ। ਕਾਨਫਰੰਸ ਦਾ ਮੌਜੂ ਆਇਆ ਹਜ਼ਾਰੇ ਦੀ ਇਕਤਸਾਦੀ ਤਰੱਕੀ ਇਸ ਦੀ ਸਕਾਫਤੀ ਤਰੱਕੀ ਨਾਲ ਜੁੜੇ ਦੀਏ। ਕਾਨਫਰੰਸ ਵਿੱਚ ਅਮਰੀਕਾ ਸੀ ਮੁਮਤਾਜ਼ ਅਦੀਬ, ਮੁਹੱਕਿਕ ਅਤੇ ਕਾਲਮ ਨਿਗਾਰ ਅਤੀਕ ਅਹਿਮਦ ਸਦੀਕੀ, ਕੈਨੇਡਾ ਸੀ ਮੁਹਤਰਮਾ ਅਫਤਾਬ ਇਕਬਾਲ ਬਾਨੋ ਸਾਹਿਬਾ, ਮਕਬੂਜ਼ਾ ਜੰਮੂ ਔਰ ਕਸ਼ਮੀਰ ਸੀ ਤਾਲੁਕ ਰੱਖਣੇ ਵਾਲੇ ਮੀਆਂ ਕਰੀਮੁੱਲਾ ਕੁਰੈਸ਼ੀ, ਐਕਟਾਬਾਦ ਸੇ ਤਾਲੁਕ ਰੱਖਣੇ ਵਾਲੇ ਹਿੰਦੂ ਜ਼ਬਾਨ ਦੇ ਮਾਰੂਫ ਸਕਾਲਰ ਹੈਦਰ ਜ਼ਮਾਨ ਹੈਦਰ ਦੇ ਇਲਾਵਾ ਗੰਦਾਰਾ ਹਿੰਦੂ ਬੋਰਡ ਦੇ ਐਗਜ਼ੈਕਟਿਵ ਮੈਂਬਰਾਂ ਅਤੇ ਅਵਾਮੀ ਨੁਮਾਇੰਦਿਆਂ, ਸਮਾਜੀ ਸ਼ਖਸੀਅਤ, ਵਕਲਾ, ਅਦੀਬ, ਸ਼ੋਰਾ, ਦਾਨਿਸ਼ਵਰ, ਸਹਾਫ਼ੀ ਅਤੇ ਮੁਲਕ ਦੇ ਮੁਖਤਲਿਫ ਸ਼ੋਬਾ ਹੈ ਜ਼ਿੰਦਗੀ ਨਾਲ ਤਾਲਕ ਰੱਖਣ ਵਾਲੇ ਅਫਰਾਦ ਨੇ ਕਸੀਰ ਤਾਦਾਦ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ। ਕਾਨਫਰੰਸ ਦੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ ਦੇ ਮਹਿਮਾਨ ਖਸੂਸੀ ਸਾਬਿਕ ਸੂਬਾਈ ਵਜ਼ੀਰ ਹਾਇਰ ਐਜੂਕੇਸ਼ਨ ਕਾਜ਼ੀ ਮੁਹੰਮਦ ਅਸਦ ਏ। ਇਸ ਸੈਸ਼ਨ ਵਿੱਚ ਪ੍ਰੋਫੈਸਰ ਬਸ਼ੀਰ ਅਹਿਮਦ ਸੋਸ, ਡਾਕਟਰ ਅਬਦੁਲ ਵਹੀਦ, ਪ੍ਰੋਫੈਸਰ ਰਾਸ਼ਿਦ ਅਹਿਮਦ ਖਾਨ, ਰਾਜਾ ਮੁਹੰਮਦ ਨੂਰ ਨਿਜ਼ਾਮੀ ਨੇ ਆਪਣੇ ਆਪਣੇ ਮਕਾਲਾਜਾਤ ਪੇਸ਼ ਕਰਕੇ ਹਾਜ਼ਰੀਨ ਦੀ ਦਾਤ ਵਸੂਲ ਕੀਤੀ। ਇਸ ਮੌਕੇ ਤੇ ਮੁਲਕੀ ਤਾਰੀਖ ਵਿੱਚ ਪਹਿਲੀ ਵਾਰ ਗੰਦਾਰਾ ਹਿੰਦੂ ਅਕੈਡਮੀ ਦੇ ਤਹਿਤ ਛਪਣੇ ਵਾਲੀ 11 ਹਿੰਦੂ ਕਿਤਾਬਾਂ ਦੀ ਤਕਰੀਬੇ ਰਨੁਮਾਈ ਕੀਤੀ ਗਈ। ਕਾਨਫਰੰਸ ਵਿੱਚ ਸਾਹਿਬ ਸਦਾਰਤ ਅਮਰੀਕਾ ਸੀ ਮੁਮਤਾਜ਼ ਅਦੀਬ, ਮੁਹੱਕਿਕ ਅਤੇ ਕਾਲਮ ਨਿਗਾਰ ਅਤੀਕ ਅਹਿਮਦ ਸਦੀਕੀ ਨੇ ਜ਼ਬਾਨ ਦੇ ਹਵਾਲੇ ਨਾਲ ਆਪਣਾ ਤਹਿਕੀਕੀ ਮਕਾਲਾ ਪੇਸ਼ ਕੀਤਾ। ਇਸ ਸੈਸ਼ਨ ਵਿੱਚ ਅਫਤਾਬ ਇਕਬਾਲ ਬਾਨੋ ਸਾਹਿਬਾ ਨੇ ਜ਼ਬਾਨ ਦੀ ਅਹਿਮੀਅਤ ਦੇ ਬਾਰੇ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ। ਕਾਨਫਰੰਸ ਵਿੱਚ ਡਾਕਟਰ ਸ਼ਾਹਿਦਾ ਅਸਗਰ, ਸਈਦ ਵਹੀਦ, ਸ਼ਿਨ ਸ਼ੋਕਤ, ਡਾਕਟਰ ਨਵਾਜ਼ ਫਜ਼ਲ, ਪ੍ਰੋਫੈਸਰ ਯਹਿਆ ਖਾਲਿਦ ਅਤੇ ਡਾਕਟਰ ਵਾਜਿਦ ਤਬੱਸਮ ਨੇ ਵੀ ਆਪਣੇ ਆਪਣੇ ਮਕਾਲਾਜਾਤ ਪੇਸ਼ ਕੀਤੇ। ਚੌਥੀ ਆਲਮੀ ਹਿੰਦੂ ਕਾਨਫਰੰਸ ਵਿੱਚ ਹਿੰਦੂ ਮੁਸ਼ਾਇਰੇ ਦਾ ਵੀ ਇਹਤਮਾਮ ਕੀਤਾ ਗਿਆ। ਮੁਸ਼ਾਇਰੇ ਦੀ ਸਦਾਰਤ ਡਾਕਟਰ ਪਰਵੀਨ ਸੈਫ ਨੇ ਕੀਤੀ। ਮੁਸ਼ਾਇਰੇ 'ਚ ਮੁਖਤਲਿਫ ਸ਼ੋਰਾ ਨੇ ਆਪਣਾ ਆਪਣਾ ਹਿੰਦੂ ਕਲਾਮ ਪੇਸ਼ ਕੀਤਾ ਅਤੇ ਸ਼ੁਰੂਕਾਸੀ ਖੂਬ ਦਾਤ ਵਸੂਲ ਕੀਤੀ। ਕਾਨਫਰੰਸ ਦੇ ਦੂਸਰੇ ਦਿਨ ਦੀ ਸਦਾਰਤ ਹਜ਼ਾਰਾ ਹਿੰਦੂ ਅਕੈਡਮੀ ਦੇ ਚੇਅਰਮੈਨ ਜਨਾਬ ਰਾਸ਼ਿਦ ਕੁਰੈਸ਼ੀ ਸਾਹਿਬ ਨੇ ਕੀਤੀ। ਇਹਨਾਂ ਨੇ ਗੰਦਾਰਾ ਹਿੰਦੂ ਬੋਰਡ ਅਤੇ ਅਕੈਡਮੀ ਦੀ ਖਿਦਮਾਤ ਨੂੰ ਬੜਾ ਸਰਾਹਾ। ਪਿਸ਼ਾਵਰ ਦੇ ਭਰਾਵਾਂ ਦੀ ਜਾਵਾਂ ਦੇ ਮੌਕਿਆਂ ਨਾਲ ਅੱਜ ਇਹ ਸੋਹਣਾ ਮੌਕਾ ਨਸੀਬ ਹੋਇਆ ਇਹਨਾਂ ਦੋਵਾਂ ਹਿੰਦੂ ਅਕੈਡਮੀ ਦੇ ਪੈਦਾ ਹੋਣਾ। ਸਮਝੋ
इको जुबान आ नवी जिंदगी भंडारा इको मोड से आ रही सेक्रेटरी जनरल जियाउद्दीन साहब इन्होंने सारी टीम मुबारकबाद की मुस्तहक है। कॉन्फ्रेंस से खिताब करते हुए गंदारा हिंदको बोर्ड के जनरल सेक्रेटरी मोहम्मद जियाउद्दीन साहब ने किया कि हिंदको वाना नू हिंदको दे फरोग वसे आगे आना पैसी ते इस सिलसिले सबसे अहम जिम्मेदारी अदीबा शायरा ते लिखारियां ते आयद होंदी है। साडे अदीब राइटर नु चाहिदा है सारा हिंदको वाना अदीब राइटर ओदी तरफ जा रुझान है। मैं चाहना कि ओ जिस वाला ताला ने दूसरे सेशन नज़ीर हुसैन कसेलवी ज़ैनुल आबिदीन अजमल नज़ीर इरशाद शाकिर तो प्रोफेसर अकमल शाह ने अपने अपने तहकीकी मकालाजात पेश किए। गंदारा हिंदको बोर्ड के वाइस चेयरमैन डॉक्टर सलाहुद्दीन ने हिंदकोवाना के बारे अपने ख्याल का इजहार किया। इस मौके पर प्रोफेसर सूफी अब्दुल रशीद प्रोफेसर मलिक नासिर दाऊद ने अपने अपने तहकीकी मकाले पेश किए। इस मौके पर हिंदको कुतुब स्टाल भी लगाया गया जिस हिंदको की किताबों को खूबसूरत अंदाज सजाया गया ते मस्कूरा स्टॉल शुरकादी तवज्जो का मरकज बना रहा। कॉन्फ्रेंस के अख्तितामी सेशन हिंदको लोक मौसीकी ते प्रोग्राम का अहतमाम किया गया जिस हजारा के लोक फनकार जिन्हें तारिक हजारवी अल्ताफ हजारा समीना अब्बासी ते अजीज मियां शामिल है। छे करारदादा पेश कीतियां गईयां। पहली करारदाद विच मुतालबा कीता गया कि हजारे दी इक्तिसादी तरक्की दे सिलसिले विच कीते जाने वाले इकदामात तेज कीते जावन ते इस दे नाल नाल इस दी तरक्की दे पहलुआं नूं किसी तौर ते नज़रअंदाज ना कीता जावे। दूसरी करारदाद विच मुतालबा कीता गया कि हिंदको जबान अदब सकाफत तारीखी विरसा ते माशरत दे फरोग दे सिलसिले विच वसाइल दा इहतमाम कीता जावे ते इस सिलसिले विच सूबे खैबर पख्तूनख्वा में मिलने वाली बिजली की रॉयल्टी हजारे ते खासकर जिला हरिपुर नूं इसका जायज हक दिता जाए। तीसरी करारदाद विच मुतालबा किया गया कि पाकिस्तान टेलीविजन कारपोरेशन ते पाकिस्तान ब्रॉडकास्टिंग कारपोरेशन विच नशर होने वाले प्रोग्राम विच हजारे से ताल्लुक रखने वाले फनकारा ते लिखारियों नूं भरपूर नुमाइंदगी दी जाए। चौथी करारदाद विच मुतालबा किया गया कि कल्चरल डिपार्टमेंट खैबर पख्तूनख्वा हजारा की सकाफत ते हजारा के फनकारा की भरपूर नुमाइंदगी ते मामनत करे ते इस सिलसिले हजारा के लोगों च पाई जाने वाली शिकायत का अजाला करे। पंजी करारदाद विच मुतालबा किया गया कि हजारा यूनिवर्सिटी ते हरिपुर यूनिवर्सिटी हिंदको स्टडीज डिपार्टमेंट हिंदको चेयर्स हिंदको रिसर्च सेंटर कायम किए जावन। छेवीं करारदाद विच मुतालबा किया गया कि स्कूल ते कॉलेजां दे निसाब विच हिंदको पढ़ाने का जिहड़ा फैसला गुज़श्ता हुकूमत विच कीता गया आ इस ते फिलफोर अमल दरामद कीता जावे। कॉन्फ्रेंस के इख्तिताम ते तमाम मकाला निगारां ते शुरकाच शील्ड सर्टिफिकेट तकसीम किए गए। चौथी आलमी हिंदको कॉन्फ्रेंस इस अजम नाल इख्तिताम पजीर हुई कि मुस्तकबिल विच
हिनको जबान अदब सकाफत तारीखी विरसे ते हिनको उमान माशरत दे हकूक ते तहफ़ दे हवाले नाल दूरस्त इकदाम किए जाऊँ ते इस सिलसिले च मरकजी व सूबाई हुकूमत से मुतालबा किया जासी कि वह पाकिस्तान के इस अहम तरीन जबान में इसका जायज़ हक अदा करूँ।